मोहम्मद साहब ने लिखी है, तो ये कुरान की तफसीर लिखी है। जी जी बिल्कुल। कहते इनर मालिन काबू आती कुजनात तू साडिया खां, कह कुजनात तू साडिया खां, खलकत दे सरदार, लख ओहो, सलात सलाम तेरे ते, लख दरूद हजारा, लख सलातों सलाम तेरे ते, लख दरूद हजारा। वैर दरूद नबी सरी वरी नो, वैर दरूद नबी सरी वरी नो, लख करोड़ा वारी, सल्लल्लाहु अलैहि वसल्लम, बोल जुबान प्यारी, ओ क्या बात है, क्या सल्लल्लाहु अलैहि वसल्लम, बोल जुबान प्यारी। मारा पीर मुर्शिद बात मेंढर तो सैयद अकबर हुसैन शाह साहब किबला उन्होंने आईडी पर कोई प्रोग्राम देखा लो, तो दे अर्ज करूं कि मारी बड़ी खुशनसीबी है कि एक मारा पीरो मुर्शिद की आईडी पर बंदो फेसबुक देखा लो, मारी भी खुशनसीबी और सारा ही भी देखने वाले भी, और महफिल ना भी अल्लाह कामयाब करेगा, दे अल्लाह आवाज में भी और आमीन बढ़ावेगा, तो सबकी तरफों शेर। किसे नू नाज इबादतों ते, किसे नू ने कमाला, साडा इको नाज मुहम्मद जेड़ा महरम साडियाला, साडा इको नाज मुहम्मद जेड़ा महरम साडियाला। वाह सुबुहा नी अल्लाह तेरी कुदरती, वाह सुबुहा नी अल्लाह तेरी कुदरती, के जिस आसमान बनाया, कितना लंबा कितना चौड़ा, खम्मा बाज ठहराया, तो कितना लंबा कितना चौड़ा, हम्मा बाज ठहराया। मैं जनाबा में मिना पतो नहीं है, उन पिछला दिनों में मैं सुनो था कि एक पुंछ रजौरी के अंदर कब्रिस्तान टूटी थी और उसमें 25 साल बाद एक जनाजो निकले था, वो उसरा को उसरा ही था, जी जी हाँ बेशक। उससे जनाजा ना नजर रखते हुए एक शेर पेश करूंगा कि बाद मरन दे मुखड़ा मेरा, बाद मरन दे मुखड़ा मेरा, हो जावे ये ताजा, समझ लेना महबूब मेरे ने ते पड़े आया न जनाजा, समझ लेना महबूब मेरे ने वो पड़े आया न जनाजा। अल्लाह थारी आवाज और सलामत रखे। लोका मैनू आन डराया, लोका मैनू आन डराया, रात कबरी दी काली, मैं सुनया उठे उसने आना, जिदे मुंडे कमली काली, मैं सुनया उठे उसने आना, जिदे मुंडे कमली काली। माशाल्लाह शहनवाज साहब, माशाल्लाह। सदर नशीन दिवाली हशर दा, सदर नशीन दिवाले हशर दा, अफसर वेच इमामा, कुल नबी मोहताज उना दे होए नफरा वांग गुलामा, कुल नबी मोहताज उना दे है नफरा वांग गुलामा। ओ विच मैदान
ਸੀ ਮੈਦਾਨ ਜੋ ਮੈਸ਼ਰੀ ਵਾਲੇ ਖਲਕਤ ਹਾਜ਼ਰ ਹੋਸਨ ਕੁਲ ਪੈਗੰਬਰੀ ਬਾਜ ਮੁਹੰਮਦ ਜ਼ਾਰੀ ਕਰੇ ਕਰ ਰੋਸਨ ਕੁਲ ਪੈਗੰਬਰੀ ਬਾਜ ਮੁਹੰਮਦ ਜ਼ਾਰੀ ਕਰੇ ਕਰ ਰੋਸਨ ਐਸਾ ਮੈਂ ਵੀ ਜਿਨ੍ਹਾਂ ਦਾ ਵਾਲੀ ਐਸਾ ਮੈਂ ਵੀ ਜਿਨ੍ਹਾਂ ਦਾ ਵਾਲੀ ਕੋਈ ਉਮਤ ਚੂੰ ਚੁਰ ਸੀ ਐ ਬੁਗੁਨਾ ਖਤਾਇਆ ਬਾਬਤ ਤੇ ਕਿਉਂ ਦੋਜ਼ਖ ਵੱਲ ਤੁਰ ਸੀ ਐ ਬੁਗੁਨਾ ਖਤਾਇਆ ਬਾਬਤ ਕਿਉਂ ਦੋਜ਼ਖ ਵੱਲ ਤੁਰ ਸੀ ਐ ਨਾ ਗੱਲਾਂ ਕੀ ਕੇ ਲੱਭਦਾ ਐ ਨਾ ਗੱਲਾਂ ਕੀ ਕੇ ਲੱਭਦਾ ਐਬ ਕਿਸੇ ਦਾ ਕਰਨਾ ਆਪਣਾ ਆਪ ਸੰਭਾਲ ਮੁਹੰਮਦ ਜੋ ਕਰਨਾ ਸੋ ਪਰਿਣਾ ਆਪਣਾ ਆਪ ਸੰਭਾਲ ਮੁਹੰਮਦ ਜੋ ਕਰਨਾ ਸੋ ਪਰਿਣਾ ਅੱਜ ਦੀ ਤਾਰੀਖ ਨੂੰ ਅਗਰ ਦੇਖਿਆ ਜਾਏ ਤਾਂ ਮਾਸ਼ਾ ਅੱਲਾ ਜੰਮੂ ਕਸ਼ਮੀਰ ਜਿਹੜੀ ਹੈ ਉਹ ਪੀਰਾਂ ਦੀ ਧਰਤੀ ਹੈ ਔਰ ਦਿਨ ਦਿਨ ਰਾਤ ਉਨਕਾ ਮਜ਼ਾਰਾਂ ਵਰ ਦੀਪਾਂ ਬਲੇ ਹੋਇਆ ਹੈ ਬੇਸ਼ੱਕ ਜੀ ਬੇਸ਼ੱਕ ਤੇ ਸ਼ੇਰ ਪੇਸ਼ ਹੈ ਕਿ ਜਿੰਨਾ ਇਸ਼ਕ ਨਮਾਜ਼ਾਂ ਪੜੀਆਂ ਜਿੰਨਾ ਇਸ਼ਕ ਨਮਾਜ਼ਾਂ ਪੜੀਆਂ ਕਦੇ ਨਾ ਉਮਰ ਦੇ ਸ਼ੱਕ ਹੋਵੇ ਤਾਂ ਦੇਖ ਲਿਆ ਕੇ ਹਏ ਦੀਵੇ ਮਜ਼ਾਰਾਂ ਦੇ ਬਲਦੇ ਸ਼ੱਕ ਹੋਵੇ ਤਾਂ ਦੇਖ ਲਿਆ ਕੇ ਹਏ ਦੀਵੇ ਮਜ਼ਾਰਾਂ ਦੇ ਬਲਦੇ ਹੋ ਵਲੀ ਅੱਲਾ ਦੇ ਤੱਕ ਵੀ ਲੈਂਦੇ ਵਲੀ ਅੱਲਾ ਦੇ ਤੱਕ ਵੀ ਲੈਂਦੇ ਕਿਆ ਦੂਰੋਂ ਨਜ਼ਦੀਕੋ ਪਲੰਦਰੀ ਮੋੜ ਵੀ ਲੈਂਦੇ ਗਈ ਗੋਲੀ ਵੇ ਬੰਦੂਕੋ ਇਸ ਸ਼ੇਰ ਕਰੂੰ ਜਵਾਬ ਜੋ ਸ਼ੇਰ ਮੀਆਂ ਸਾਹਿਬ ਨੇ ਐਵੇਂ ਨਹੀਂ ਲਿਖਿਓ ਇਸ ਸ਼ੇਰ ਕੀ ਉਹਨਾਂ ਨੇ ਕੋਈ ਵਾਕਫੀਅਤ ਥੀ ਤਾਂ ਲਿਖਿਓ ਬੰਦੂਕ ਵਿੱਚ ਵਲੀ ਮੋੜਿਆ ਤਾਂ ਕਿਸ ਤਰ੍ਹਾਂ ਮੋੜਿਆ ਮਾਰਾ ਪੁੰਛਗਾ ਮਸ਼ਹੂਰ ਵਲੀ ਵਲੀ ਕਾਮਿਲ ਹੈ ਹਜ਼ਰਤ ਸਾਈ ਮੀਰਾ ਬਖਸ਼ ਰਹਿਮਤੁੱਲਾ ਅਲੈਹ ਵਕਤ ਇਤਨਾ ਨਹੀਂ ਚਲੋ ਸ਼ੇਰ ਕੀ ਤਸ਼ਰੀਹ ਕਰ ਛੋੜੂ ਪੁਰਾਣਾ ਬਜ਼ੁਰਗ ਦੱਸੇ ਕਿ ਉਹਨਾਂ ਦਾ ਦੌਰ ਮੈਂ ਜਿਸ ਟਾਈਮ ਪਾਕਿਸਤਾਨ ਦੀ ਤਰਫੋਂ ਸ਼ੈਲਿੰਗ ਆਵੇ ਸੀ ਨਾ ਸਾਈ ਮੀਰਾ ਲੋਕਾਂ ਨਾਲ ਕਿਵੇਂ ਥਾਰੇ ਔਰੇ ਮਾਰੀ ਤਮ ਖੜੋ ਪਾਸੇ ਤੇ ਖੜੋ ਹੂੰ ਜਵਾਬ ਦਿਉਂ ਹੈ ਹੱਥਾਂ ਮੈਂ ਪਕੜ ਗਿਆ ਤੇ ਬਈ ਬਾਰੂਦ ਵਾਪਸ ਪਿੱਛਾ ਫੇਂਕਣਾ ਬਲਕਿ ਦੂਜਾ ਦਿਨ ਉਹਨਾਂ ਹੱਥ ਦੇਖੇ ਹੋਏ ਤਾਂ ਹੱਥਾਂ ਦੀ ਬੁਰੀ ਹਾਲਤ ਵੈ ਤੀ ਮਗਰ ਆਪਣੀ ਫੋਰਸ ਕੇ ਉੱਪਰ ਆਪਣਾ ਗ੍ਰਾਮ ਕੋਈ ਗੋਲੋ ਉਹਨਾਂ ਨੇ ਟੈਂਡ ਨਹੀਂ ਦਿੱਤੋ ਇਸੇ ਵਜ੍ਹਾ ਤੋਂ ਮੀਆਂ ਮੁਹੰਮਦ ਸਾਹਿਬ ਨੇ ਫਰਮਾਇਆ ਕਿ ਬਲੀ ਅੱਲਾ ਦੇ ਤੱਕ ਵੀ ਲੈਂਦੇ ਕਿਆ ਦੂਰੋਂ ਨਜ਼ਦੀਕੋ ਇੱਕ ਪਲੰਦਰ ਮੋੜ ਵੀ ਲੈਂਦੇ ਗਈ ਗੋਲੀ ਵੇ ਬੰਦੂਕੋ ਇੱਕ ਪਲੰਦਰ ਮੋੜ ਵੀ ਲੈਂਦੇ ਗਈ ਗੋਲੀ ਵੇ ਬੰਦੂਕੋ ਉਸ ਟਾਈਮ ਵੇ ਹਯਾਤ ਥਾ ਲੇਕਿਨ ਅੱਜ ਅਗਰ ਫਿਰ ਦੁਨੀਆਂ ਮਾ ਨਹੀਂ ਹੈ ਤੇ ਸ਼ੇਰ ਪੇਸ਼ ਹੈ ਕਿ ਵਲੀ ਅੱਲਾ ਦੇ ਮਰਦ ਨਾਈ ਵਲੀ ਅੱਲਾ ਦੇ ਮਰਦ ਨਾਈ ਕਰਦ ਪਰ ਦਪੋਸ਼ੀ ਕੀ ਹੋਇਆ ਇਹ ਦੁਨੀਆ ਓ ਤੋਂ ਹੋਏ ਤੁਰ ਗੇ ਨਾਲ ਖਮੋਸ਼ੀ ਕੀ ਹੋਇਆ ਇਹ ਦੁਨੀਆ ਓ ਤੋਂ ਹੈ ਤੁਰ ਗੇ ਨਾਲ ਖਮੋਸ਼ੀ ਯੋ ਕਿਸੇ ਹਜ਼ਰਤ ਨੇ ਕਬਰ ਕੋ ਬਿਆਨ ਕੀ ਔਰ ਕਬਰ ਤੋਂ ਬਾਅਦ ਵਲੀ ਕਬਰ ਮੈਂ ਜਾਗਾ ਜਿਸ ਟਾਈਮ ਮੈਦਾਨ ਹੈ ਮੈਂ ਸ਼ਰਾਬ ਆਏਗਾ ਨਾ ਉਸਕਾ ਤਾਲੁਕ ਨਾ ਮੀਆਂ ਸਾਹਿਬ ਨੇ ਕਿਆ ਫਰਮਾਇਓ ਮੁਰਸ਼ਦ ਮੇਰਾ ਨਾਂਗਾ ਬਾਜੀ ਮੁਰਸ਼ਦ ਮੇਰਾ ਨਾਂਗਾ ਬਾਜੀ ਰਸੂਲ ਸ਼ਾਹ ਸਾਹਿਬ
कलंदर बिची मदद करे सी दुआ जहानंदर हर मुश्किल मदद करे सी दुआ जहानंदर। देखो ना जी कुरान दर कुरान की एक आयत है कि मन कान लिल्लाह व कान अल्लाह लहु अल्लाह का वली जेड़ा वे इनको अल्लाह का हो जाए तो अल्लाह उनको हो जाए तो अल्लाह का वलिया की क्या शान है, बहुत बड़ी शान है अल्लाह के वलिया की। और खासकर जी असल में ज्यादातर जी साहब लारवी रहमतुल्लाह बहुत ज्यादा अकीदत भी रखूं क्योंकि दादाजी साहब रहमतुल्लाह अलैह उनको बहते हुए बहुत बड़ा शायर था सैयद हसन शाह साहब रहमतुल्लाह अलैह। अल्लाह वलियों की कई शान है, अल्लाह के वलियों को शान वो अल्लाह ही जाने। चलो वलियों का दर पर जाकर क्या अर्ज करने लगा पेश है कि दर तेरे मैं अड़ियां करता, दर तेरे मैं अड़ियां करता जमे वाले जाना इक निकी जही जिद कर बैठी ते आका खाली नहीं जाना इक निकी जिम जिद कर बैठी ते आका खाली नहीं जाना। और उसे दरबर जा गया जिस टाइम शायर अपनी कलम मोड़ा है उसे दरबर खड़ा हो गया वो अर्ज के करे मेरा माँ बाप मेरे नाल के करे और अल्लाह का वली तू और तेरो रब मेरे नाल के करे एक गुना मेरा माँ पे वेख है एक गुना मेरा माँ पे वेख है वो देवन देश निकाला लख गुना मेरा अल्लाह ही वेख है पर दे पावन वाला ओ लख गुना मेरा अल्लाह ही वेख है पर दे पावन वाला। तो जदों हजरत आदम अलैहि सलाम दुनिया से आए जमीन से उतरे ते उन्होंने फरिश्ता कहा कि ला इलाहा इल्लल्लाह के इको अल्लाह इबाद माबूद है। लेकिन जिस टाइम जन्नत में जो जान लगे तो दरवाजे से लेके तकिया उन्हें के लिखा थी कि ला इलाहा इल्लल्लाह मुहम्मदुर रसूलुल्लाह। हां इसका मतलब हमारे हजूर उनसे भी पहले थे, उन्होंने पूछा कि भाई आप लोगों ने तो मुझे कहा था ला इलाहा इल्लल्लाह लेकिन इसमें तो लिखा ला इलाहा इल्लल्लाह मुहम्मदुर रसूलुल्लाह। तो उसी पे शेर पेश है कि नूर मुहम्मद रोशन आगा नूर मुहम्मद रोशन आगा आदम जदू ना होया अव्वल आखर दो में पासे ओ मलख लोया।